ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਦੇ ਦਰਸ਼ਕੋ, ਇਸ ਵੇਲੇ ਪੰਜਾਬ ਦੇ ਵਿੱਚੋਂ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਹੀ ਸੂਝਵਾਨ ਅਤੇ ਕੁਰਬਾਨੀ ਵਾਲੇ ਸਿੰਘ ਭਾਈ ਬਚਨ ਸਿੰਘ ਜੀ ਜੱਫਰਵਾਲ ਸਾਡੇ ਨਾਲ ਲਾਈਨ ਤੇ ਹਨ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਝ ਪੰਜਾਬ ਦੇ ਮੁੱਦਿਆਂ ਬਾਰੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ, ਤੁਹਾਡੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆ ਕਹਿੰਦੇ ਆ ਵਾਜਕੋਮ ਟੀਵੀ ਤੇ ਇੱਕ ਜਹਿਦਾ ਦੀ ਰਿਪੋਰਟ, ਕਲੋਜਰ ਰਿਪੋਰਟ ਕਹਿ ਕੇ, ਜਿੱਦਾਂ ਉਹਦਾ ਕਾਫੀ ਦੋ ਤਿੰਨ ਦਿਨ ਤੋਂ CBI ਨੇ ਕਲੋਜਰ ਰਿਪੋਰਟ ਜਿਹੜੀ ਪੇਸ਼ ਕੀਤੀ ਆ, ਉਹ ਤੇ ਹਲੇ ਫੈਸਲਾ ਕੀ ਹੁੰਦਾ ਇਹ ਤੇ ਬਾਅਦ ਚ ਪਤਾ ਲੱਗੂਗਾ। ਪਰ ਸਵਾਲ ਆ ਕਿ ਜਦੋਂ ਬਰਗਾੜੀ ਮੋਰਚਾ ਲੱਗਾ ਸੀ ਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਤਕਰੀਬਨ 9 ਮਹੀਨੇ ਹੋ ਚੱਲੇ ਹੁਣ ਤਾਂ, ਮੈਂ ਜਦੋਂ ਕਿਹਾ ਸੀਗਾ ਕਿ CBI ਤੋਂ ਰਿਪੋਰਟ ਜਿਹੜੀ ਆ, ਜਾਂਚ ਜਿਹੜੀ ਵਾਪਸ ਲਈ ਜਾਵੇ ਤੇ ਪੰਜਾਬ ਦੀ ਜਿਹੜੀ ਸਿਹਤ ਆ ਉਹਨੂੰ ਦਿੱਤੀ ਜਾਵੇ, ਤੇ ਬੜਾ ਸਾਰਿਆਂ ਨੇ ਸਾਂਝੇ ਰੂਪ ਚ ਮਤਾ ਵੀ ਪਾਸ ਕਰਤਾ ਜੀ। ਪਰ ਇਹ 9 ਮਹੀਨੇ ਚ CBI ਤੋਂ ਜਾਂਚ ਵਾਪਸ ਲੈਣ ਲੈ ਤਾਂ ਨੀ ਹੋਈ, ਲੇਕਿਨ CBI ਨੇ ਕਲੋਜਰ ਰਿਪੋਰਟ ਪੇਸ਼ ਕਰਤੀ, ਕੀ ਆ ਤੁਹਾਡਾ ਪ੍ਰਤੀਕਰਮ? ਇਹ ਦੇਖੋ ਭਾਈ ਸਾਹਿਬ ਜੀ, ਇਹ CBI ਇੱਕ ਸੈਂਟਰ ਦੀ ਏਜੰਸੀ ਆ। ਹਾਂਜੀ, ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਬਿੱਦ ਵੀ ਹੋਈ ਸੀ ਉਹਦੀ ਜਾਂਚ ਕਰ ਰਹੀ ਸੀ। ਇਹ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਇਹ ਉਹਨਾਂ ਨੇ ਦਿੱਤੀ ਸੀਗੀ। ਠੀਕ ਹੈ। ਤੇ ਪਹਿਲਾਂ ਤੇ ਇਹਨਾਂ ਨੇ ਬੜੀ ਢਿੱਲੀ ਰਫ਼ਤਾਰ ਰੱਖੀ। ਠੀਕ। ਤੇ ਜਿਹੜੀ ਪੰਜਾਬ ਦੀ ਸਿੱਟ ਸੀਗੀ, ਜਿਹੜੀ ਮੌਜੂਦਾ ਸਰਕਾਰ ਨੇ ਨਵੀਂ ਸਿੱਟ ਬਣਾਈ ਸੀ ਪੰਜਾਬ ਪੁਲਿਸ ਦੀ, ਉਹ ਆਪਣੀ ਜਾਂਚ ਜਿਹੜੀ ਸੀ ਉਹ ਬੜੀ ਤੇਜ਼ੀ ਨਾਲ ਕਰ ਰਹੀ ਸੀਗੀ। ਠੀਕ ਆ। ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਉਹ ਇਹ ਮੰਗ ਕਰਦਾ ਸੀ ਕਿ ਜਿਹੜੀ ਕੋਟਕਪੂਰਾ ਗੋਲੀਕਾਂਡ ਹੋਇਆ, ਇਹ ਸਿੱਟ ਨਹੀਂ ਹੋਣੀ ਚਾਹੀਦੀ, ਇਹ ਵੀ CBI ਨੂੰ ਕੇਸ ਦਿੱਤਾ ਜਾਵੇ। ਠੀਕ ਆ। ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਜਿਹੜੀ CBI ਸੈਂਟਰ ਦੀ ਆ, ਸੈਂਟਰ ਦੇ ਵਿੱਚ ਸਾਡੀ ਗੱਲਬਾਤ ਆ, ਉੱਥੋਂ ਕਹਿ ਕੇ ਅਸੀਂ ਸਭ ਕੁਝ ਖਤਮ ਕਰਵਾ ਦੇਣਾ। ਤੇ ਇਸੇ ਕਰਕੇ ਇਹ ਜੋ ਕੁਝ ਹੋਇਆ ਆ, ਹਰਿਆਣੇ ਦੇ ਵਿੱਚ ਇਲੈਕਸ਼ਨ ਆਈ ਆ ਅਸੈਂਬਲੀ ਦੀ, ਉਹਦੇ ਕਰਕੇ ਸੈਂਟਰ ਸਰਕਾਰ ਨੇ ਇਹ ਇਸ ਕਰਕੇ ਇਹ ਜਿਹੜੀ ਰਿਪੋਰਟ ਆ ਸੱਚੇ ਸਾਹਿਬ ਦੇ ਜ਼ਿਲ੍ਹੇ ਦੀਆਂ ਵੋਟਾਂ ਲੈਣ ਵਾਸਤੇ ਇਹ ਉਹਨਾਂ ਨੇ CBI ਨੇ ਕਲੋਜ਼ ਕਰ ਦਿੱਤੀ ਆ, ਜਿਹੜੀ ਕਿ ਕਦੀ ਵੀ 50 ਸਾਲ 47 ਤੋਂ ਬਾਅਦ ਕਦੀ ਵੀ ਪੰਜਾਬ ਦੇ ਅੰਦਰ ਸਿੱਖਾਂ ਨੂੰ ਕਦੀ ਇਨਸਾਫ਼ ਨਹੀਂ ਮਿਲਿਆ। ਤੇ ਹੁਣ ਵੀ ਅਸੀਂ ਬਹੁਤੀ ਆਸ ਨਹੀਂ ਰੱਖਦੇ। ਮੌਜੂਦਾ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਭ ਕੁਛ ਸਪਸ਼ਟ ਸਾਹਮਣੇ ਲਿਆਵਾਂਗੇ, ਉਹ ਵੀ ਗੱਲ ਕੋਈ ਨਜ਼ਰ ਨਹੀਂ ਆ ਰਹੀ। ਜਿਹੜੀ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ, ਉਹ ਅਸੈਂਬਲੀ ਵਿੱਚ ਮੌਜੂਦਾ ਸਰਕਾਰ ਨੇ ਬੜੀ ਉਤਸੁਕਤਾ ਦੇ ਨਾਲ, ਬੜੀ ਤੇਜ਼ੀ ਦੇ ਨਾਲ ਉਹ ਪੇਸ਼ ਕੀਤੀ ਸੀਗੀ, ਤੇ ਉਹਦਾ ਰਿਜ਼ਲਟ ਨਹੀਂ ਮਿਲ ਰਿਹਾ। ਇਸ ਕਰਕੇ ਇਹ ਪ੍ਰੀ ਪਲੈਨਿੰਗ ਸੈਂਟਰ ਸਰਕਾਰ ਨੇ ਇਹ ਕਹਿ ਕੇ ਤੇ CBI ਨੂੰ ਤੇ ਇਹ ਰਿਪੋਰਟ ਜਿਹੜੀ ਆ ਉਹ ਬੰਦ ਕਰਵਾਈ ਆ, ਤਾਂ ਕਿ ਉਹ ਵੋਟਾਂ ਦੀ ਰਾਜਨੀਤੀ ਜਿਹੜੀ ਉਹ ਕੀਤੀ ਜਾ ਸਕੇ। ਤੇ ਪਰ ਸਵਾਲ ਵਿੱਚ ਅਸੀਂ ਗੱਲ, ਹਾਂਜੀ, ਸਵਾਲ ਜਿਹੜਾ ਵੀ ਇਹ ਪੈਦਾ ਹੁੰਦਾ ਕਿ ਜਦੋਂ ਬਰਗਾੜੀ ਮੋਰਚੇ ਨੇ ਵੀ ਸਰਕਾਰ ਤੋਂ ਮੰਗ ਕੀਤੀ ਸੀ ਵੀ CBI ਤੋਂ ਜਾਂਚ ਵਾਪਸ ਲੈ ਲਓ, ਤੇ ਅਸੈਂਬਲੀ ਦੇ ਵਿੱਚ ਨੋਟੀਫਿਕੇਸ਼ਨ ਵੀ ਹੋ ਗਿਆ ਹੋਵੇ ਉਹਨਾਂ ਤੋਂ ਜਾਂਚ ਵਾਪਸ ਲੈਣ ਦਾ, ਫੇਰ ਮਤਲਬ ਜਾਂਚ ਮਤਲਬ ਹਾਲੇ ਤੱਕ ਕਿਵੇਂ ਜਾਂਚ ਕਰ ਰਹੇ ਸੀ CBI, ਜੇ ਮਤਲਬ ਪੰਜਾਬ ਚ ਗੌਰਮੈਂਟ ਨੇ ਇੱਥੇ ਕੋਈ ਐਕਸ਼ਨ ਹੀ ਨਹੀਂ ਕੀਤਾ?
ਉਹਦੇ ਵਿੱਚ ਇਸ ਤਰ੍ਹਾਂ ਕਿ ਜਿਹੜਾ ਬਰਗਾੜੀ ਮੋਰਚਾ ਲੱਗਾ ਸੀ ਉਹਦੇ ਕਰਕੇ ਸੇਟ ਨੇ ਜਿਹੜੀ ਆਪਣੀ ਤੇਜ਼ੀ ਲਿਆਂਦੀ ਸੀ ਉਹਦੇ ਕਰਕੇ ਸਿੱਧੀਆਂ ਐਫ ਆਈ ਆਰ ਦਰਜ ਹੋਈਆਂ। ਕਦੀ ਵੀ ਅੱਜ ਤੱਕ ਪੁਲਿਸ ਤੇ ਸਿੱਧੀ ਐਫ ਆਈ ਆਰ ਦਰਜ ਨਹੀਂ ਸੀ ਹੋਈ। ਜਿੰਨੇ ਵੀ ਦੇਖੋ ਇੱਥੇ ਅੰਮ੍ਰਿਤਸਰ ਠੱਕਰ ਦੇ ਵਿੱਚ ਕਾਂਡ ਹੋਇਆ, 13 ਸਿੰਘ ਸ਼ਹੀਦ ਹੋਏ, ਹਾਂਜੀ, ਉਸ ਤੋਂ ਬਾਅਦ ਵੀ ਕਈ ਹਾਦਸੇ ਵਾਪਰੇ, ਕਦੇ ਵੀ ਪੁਲਿਸ ਉੱਤੇ ਸਿੱਧੇ ਪਰਚੇ ਦਰਜ ਨਹੀਂ ਸੀ। ਇਹ ਪਹਿਲਾ ਮੌਕਾ ਜੋ ਬਰਗਾੜੀ ਮੋਰਚੇ ਦਾ ਜਿਹੜਾ ਕੌਮੀ ਦਬਾਅ ਸੀ ਉਹਦੇ ਕਰਕੇ ਤੇ ਪੁਲਿਸ ਦੇ ਉੱਤੇ ਇਹ ਪਰਚੇ ਦਰਜ ਹੋਏ, ਪੁਲਿਸ ਅੰਦਰ ਹੀ ਗਈ। ਤੇ ਗੱਲ ਇਹ ਹੈਗੀ ਕਿ ਜਿਹੜੀਆਂ ਅਦਾਲਤਾਂ ਨੇ ਉਹ ਜਮਾਨਤਾਂ ਦੇਈ ਜਾ ਰਹੀਆਂ ਨੇ, ਸਾਨੂੰ ਇਹ ਵੀ ਬੜਾ ਦੁੱਖ ਆ, ਉੱਥੋਂ ਵੀ ਸਾਨੂੰ ਇਨਸਾਫ਼ ਨਜ਼ਰ ਨਹੀਂ ਆ ਰਿਹਾ। ਤੇ ਇਹ ਗੱਲ ਹੈਗੀ ਕਿ ਉਹ ਪੰਜਾਬ ਵਿਚ ਪੰਥਕੀ ਜਥੇਬੰਦੀਆਂ ਨੇ ਆਵਾਜ਼ ਉਠਾਈ ਸੀਗੀ ਕਿ ਸੀ ਬੀ ਆਈ ਤੋਂ ਰਿਪੋਰਟ ਵਾਪਸ ਲਈ ਜਾਵੇ, ਲੇਕਿਨ ਅਕਾਲੀ ਦਲ ਇਹ ਗੱਲ ਕਹਿੰਦਾ ਸੀ ਕੋਟਕਪੁਰਾ ਬਰਗਾੜੀ ਕਾਂਡ ਵੀ ਸੀ ਬੀ ਆਈ ਨੂੰ ਦਿੱਤਾ ਜਾਵੇ। ਤੇ ਉਹ ਕਹਿੰਦੇ ਸਰ ਇਹ ਹੋਇਆ ਆ, ਇਹੋ ਹੀ ਬਰਗਾੜੀ ਜਿਹੜਾ ਕੋਟਕਪੁਰੇ ਤੇ ਬਹਿਬਲ ਕਲਾਂ ਦਾ ਕੇਸ ਸੀ ਉਹਦਾ ਵੀ ਅੱਜ ਇਹੋ ਹੀ ਅਸਰ ਹੋਣਾ ਸੀਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਰਜ ਵਾਲਾ ਸੀ ਬੀ ਆਈ ਵਾਲਿਆਂ ਨੇ ਕੀਤਾ ਆ। ਇਹ ਆਪਾਂ ਜਿੱਥੋਂ ਤੱਕ ਹੈ ਕਿ ਪੰਜਾਬ ਸਰਕਾਰ, ਮੈਂ ਪੰਜਾਬ ਗੱਲ ਕਰਨੀ ਚਾਹੁੰਦਾ ਵੀ ਉਹਨਾਂ ਦੇ ਰੋਲ ਤੋਂ ਤੁਸੀਂ ਕਿੱਦਾਂ ਦੇ ਖੁਸ਼ ਆ ਜਾਂ ਨਾ ਖੁਸ਼? ਹਾਂ, ਪੰਜਾਬ ਸਰਕਾਰ ਦੀ ਹੋ ਸਕਦਾ ਇਹ ਉਹਨਾਂ ਦੀ ਢਿੱਲੀ ਕਾਰਗੁਜ਼ਾਰੀ ਹੋਵੇ, ਕੋਈ ਰਲੀ ਮਾਦੀ ਹੋ ਸਕਦੀ ਆ। ਉਹਨਾਂ ਨੇ ਵਾਪਸ ਕਿਉਂ ਨਹੀਂ ਲਿਆ ਮੈਨੂੰ ਇਹਦੇ ਕਾਨੂੰਨ ਬਾਰੇ ਪਤਾ ਨੀ ਕਿ ਸੀ ਬੀ ਆਈ ਨੂੰ ਦਿੱਤਾ ਹੋਇਆ ਕੇਸ ਸਰਕਾਰ ਮੁੜ ਕੇ ਵਾਪਸ ਲੈ ਸਕਦੀ ਕਿ ਨਹੀਂ ਲੈ ਸਕਦੀ, ਇਹਦੇ ਬਾਰੇ ਮੈਨੂੰ ਜਾਣਕਾਰੀ ਨੀ ਹੈਗੀ ਕਾਨੂੰਨ ਰੂਪ ਵਿੱਚ, ਇਹ ਤੇ ਕੋਈ ਵਕੀਲ ਦੱਸ ਸਕਦਾ ਆ। ਠੀਕ ਹੈ, ਪਰ ਹੁਣ ਪੰਜਾਬ ਸਰਕਾਰ ਦਾ ਮਿਨਿਸਟਰ ਹੁਣ ਪੰਜਾਬ ਸਰਕਾਰ ਜਿਹੜੀ ਇਹਨੂੰ ਚੈਲੰਜ ਕਰੂਗੀ ਸੀ ਬੀ ਆਈ ਨੂੰ, ਜਾਂ ਬਈ ਬਿਲਕੁਲ ਜਿਹੜੀ ਹੈ ਸੌਦਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦਾ ਕੇਸ ਆ ਬਈ, ਕਿਉਂਕਿ ਹੁਣ ਜਦੋਂ ਤੋਂ ਮਹਿੰਦਰਪਾਲ ਦਾ ਕਤਲ ਹੋਇਆ ਉਦੋਂ ਬਾਅਦ ਉਹਨਾਂ ਦੇ 5 ਸਾਥੀ ਜਿਹੜੇ ਆ ਸੀ ਉਹ ਮਤਲਬ ਜਮਾਨਤਾਂ ਤੇ ਰਿਹਾ ਹੋ ਗਿਆ, ਜਿੱਥੇ ਤੱਕ ਵੀ ਸੁਣਿਆ ਜਾ ਰਿਹਾ ਵੀ ਜਿਹੜੇ ਇਹ ਨਾ ਇੱਕ ਦੇਖੋ ਭਾਈ ਰਣਵੀਰ ਸਿੰਘ ਜੀ, ਇੱਕ ਨਾ ਇਹ ਪ੍ਰੀ ਪਲਾਨ ਸਭ ਕੁਝ ਹੋਇਆ ਵਾਪਰਿਆ ਆ। ਹਾਂ, ਕਿ ਮਹਿੰਦਰਪਾਲ ਦੀ 2 ਦਿਨ ਬਾਅਦ ਜਿਹੜੀ ਪੰਜਾਬ ਦੀ ਸਿੱਟ ਸੀਗੀ ਕੌਰ ਵਿਜੇ ਪ੍ਰਤਾਪ ਸਿੰਘ ਹੋਣੀ, ਹਾਂ, ਉਹਨਾਂ ਨੇ ਉਹ ਤੋਂ ਪੁੱਛਗਿੱਛ ਕਰਨੀ ਸੀ, ਉਹ ਸਾਰਾ ਅਦਾਲਤੀ ਕਾਰਵਾਈ ਮੁਕੰਮਲ ਹੋ ਗਈ ਸੀਗੀ। ਅੱਛਾ ਜੀ, ਉਹਦਾ ਟਾਈਮ ਮਿਲ ਗਿਆ ਸੀ ਕਿ ਮਹਿੰਦਰਪਾਲ ਦੇ ਕੋਲੋਂ ਸਿੱਟ ਜਿਹੜੀ ਆ ਉਹਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਉਹਦੇ ਬਿਆਨ ਦੇ ਆਧਾਰ ਤੇ ਸਾਰਾ ਗਾਂਹ ਗੱਲ ਚੱਲਣੀ ਸੀ ਕਿ ਉਹਨੂੰ ਕਿਹਦੀ ਡਿਊਟੀ ਉਹਦੀ ਲਾਈ ਹੈ, ਕਿੱਧਰ ਨੂੰ ਕਿੱਥੋਂ ਕੀ ਵਾਪਰਿਆ ਹੋਇਆ ਆ। ਉਹਦੇ ਉਹਦੇ ਕਰਕੇ ਫਿਰ ਸਬਦੇ ਸਾਹ ਜਿਹੜਾ ਰਾਮ ਰਹੀਮ ਆ ਉਹਦਾ ਰਿਮਾਂਡ ਲਿਆ ਜਾਣਾ ਸੀਗਾ। ਤੇ ਇੱਕ ਪ੍ਰੀ ਪਲਾਨ ਹੈ ਕਿ ਉਹਦਾ ਕਤਲ ਕਰਵਾ ਦਿੱਤਾ ਗਿਆ, ਉਦੋਂ ਜਿਹੜੀ ਸੀ ਬੀ ਆਈ ਨੇ ਆਪਣੀ ਰਿਪੋਰਟ ਕਲੋਜ਼ ਕਰ ਦਿੱਤੀ, ਹਾਂਜੀ, ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਦੀ ਜਮਾਨਤਾਂ ਕਰਤੀਆਂ, ਇਹ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਸਭ ਕੁਝ ਹੋਇਆ ਆ, ਨਾ ਕਿ ਅਚਨਚੇਤ ਹੋਇਆ। ਤੁਸੀਂ ਮੰਨਦੇ ਆ ਵੀ ਜਿਹੜਾ ਮਹਿੰਦਰਪਾਲ ਦਾ ਕਤਲ ਹੋਇਆ ਇਹ ਸਿੱਖ ਨੌਜਵਾਨਾਂ ਨੇ ਜਜ਼ਬਾਤੀ ਹੋ ਕੇ ਜਾਂ ਜਿੱਦਾਂ ਉਹਨਾਂ ਨੇ ਆਪਣਾ ਸਮਝਿਆ ਵੀ ਇਹਨੂੰ ਹੋਰ ਤੇ ਕਿਸੇ ਸਰਕਾਰ ਨੇ ਸਜ਼ਾ ਨਹੀਂ ਦਿੱਤੀ ਅਸੀਂ ਸਜ਼ਾ ਦੇ ਦਈਏ ਜਿੱਦਾਂ ਸਿੱਖ ਨੌਜਵਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਹਾਰਜਾ ਕੀਤਾ, ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ ਆ? ਇਹ ਨਹੀਂ, ਇਹ ਜਜ਼ਬਾਤੀ ਨਹੀਂ ਹੈਗਾ, ਇਹ ਕੋਈ ਪ੍ਰੀ ਪਲਾਨ ਸਿਸਟਮ ਹੈਗਾ ਜੀ। ਅੱਛਾ, ਉਹ ਕਿੱਦਾਂ ਤੁਸੀਂ ਕੜੀ ਜੋੜੋ ਨਾ, ਕੜੀ ਜੋੜੋ ਕਿ ਉਧਰ ਉਹਦਾ ਕਤਲ ਹੋ ਰਿਹਾ, ਉਹਦਾ 2 ਦਿਨ ਬਾਅਦ ਉਹਦੀ ਪੁੱਛਗਿੱਛ ਹੋਣੀ ਸੀ। ਹਾਂਜੀ, ਇਹ 2 ਦਿਨ ਪਹਿਲਾਂ ਉਹਦਾ ਕਤਲ ਹੋ ਗਿਆ, ਅੱਜ 1 ਮਹੀਨੇ ਦੇ ਅੰਦਰ ਅੰਦਰ ਹੀ ਉਹ ਸੀ ਬੀ ਆਈ ਨੇ ਆਪਣੀ ਰਿਪੋਰਟ ਵੀ ਖਤਮ ਕਰ ਦਿੱਤੀ। ਜਿਹੜਾ ਮੀਡੀਆ ਜਿਹਦਾ ਜਿਹਦਾ ਤੁਸੀਂ ਜਦੋਂ ਮਤਲਬ ਬਰਗਾੜੀ ਮੋਰਚੇ ਦਾ ਹਿੱਸਾ ਰਹੇ ਆ, ਜਦੋਂ
ਤੁਸੀਂ ਜਾਂ ਤੁਹਾਡੇ ਜਿਹੜੇ ਆਗੂ ਜਥੇਦਾਰ ਸੀਗੇ ਉਹਨਾਂ ਨੇ ਮੰਗਾਂ ਰੱਖੀਆਂ ਸੀ ਸਰਕਾਰ ਦੇ ਕੋਲੋਂ, ਤੇ ਸਰਕਾਰ ਨੇ ਕਿਹਾ ਵੀ ਅਸੀਂ ਉਹ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜਿਹੜੀਆਂ ਵੀ ਉਹਨੇ ਰੱਖੀਆਂ ਸੀ। ਤੇ ਇਸੇ ਤਰ੍ਹਾਂ ਜਦ ਹਾਂਜੀ ਹਾਂਜੀ ਮਹਿੰਦਰਪਾਲ ਦਾ ਕਤਲ ਹੋਇਆ ਸੀ ਤੇ ਸਿਰਸੇ ਸਾਧ ਵਾਲਿਆਂ ਨੇ ਕਿਹਾ ਵੀ ਅਸੀਂ ਓਨਾ ਚਿਰ ਉਹਦੀ ਉਹਨੂੰ ਸੰਸਕਾਰ ਨੀ ਕਰਨਾ, ਉਹਨੂੰ ਮਤਲਬ ਫੂਕਣਾ ਨੀਗਾ ਓਨਾ ਚਿਰ, ਵੀ ਜਿੰਨਾ ਚਿਰ ਅਸੀਂ ਸਾਡੀਆਂ ਮੰਗਾਂ ਨੀ ਮੰਨੀਆਂ ਜਾਂਦੀਆਂ। ਇੱਕ ਮੰਗ ਪਹਿਲੀ ਸੀਗੀ ਵੀ ਜਿਹੜੇ ਸਾਡੇ ਬੰਦੇ ਫੜੇ ਉਹਨਾਂ ਨੂੰ ਰਿਹਾ ਕਰੋ ਤੇ ਇਹਨਾਂ ਤੋਂ ਜਿਹੜੇ ਕੇਸ ਆ ਝੂਠੇ ਕੇਸ ਪਾਏ ਗਏ ਗੁਰੂ ਗ੍ਰੰਥ ਸਾਹਿਬ ਦੇ ਵਾਪਸ ਲਓ। ਹੁਣ ਇੱਥੇ ਸਰਕਾਰ ਤੇ ਵੀ ਤੇ ਤੁਹਾਡੇ ਤੇ ਜਿਹੜੇ ਮਤਲਬ ਬਰਗਾੜੀ ਮੋਚੀ ਵਾਲੇ ਉਹਨਾਂ ਤੇ ਵੀ ਸਵਾਲੀਆ ਪ੍ਰਸ਼ਨ ਲੱਗਦਾ ਬਈ ਤੁਹਾਡੀਆਂ ਮੰਗਾਂ ਤੇ ਨਾ ਕੋਈ ਮੰਗ ਮੰਨੀ ਆ, ਤੇ ਜੇ ਉਹ ਫੜੇ ਸੀ ਜੇ ਉਹ ਝੂਠੇ ਕੇਸਾਂ ਦੇ ਵਿੱਚ ਸੀ ਤਾਂ ਛੱਡ ਦਿੱਤੇ, ਜਾਂ ਕਿ ਇਹਦੇ ਚ ਸਰਕਾਰ ਉੱਧਰ ਰਲ ਗਈ ਆ ਉਹਨਾਂ ਦਾ ਕਹਿਣਾ ਮੰਨ ਗਈ? ਦੇਖੋ ਜਿੱਥੋਂ ਤੱਕ ਦਾਸ ਦੀ ਗੱਲ ਹੈ, ਦਾਸ ਬਰਗਾੜੀ ਮੋਰਚੇ ਦਾ ਜਿਹੜਾ ਕੇਸਾਂ ਨਹੀਂ ਸੀ ਸਪੋਰਟਰ ਸੀਗਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਜਾਂਦੇ ਹਾਂ, ਲੇਕਿਨ ਅਸੀਂ ਕਿਸੇ ਕਮੇਟੀ ਵਿੱਚ ਜਾਂ ਉੱਥੇ ਕੋਈ ਨੁਮਾਇੰਦਗੀ ਨਹੀਂ ਸੀ ਅਸੀਂ ਕਰ ਰਹੇ। ਠੀਕ ਹੈ, ਅਸੀਂ ਤੇ ਗੁਰੂ ਮਹਾਰਾਜ ਕਰਕੇ ਗੁਰੂ ਦੀ ਦਰਜੀ ਹੋਈ ਆ, ਉਹਦੇ ਕਰਕੇ ਮੋਰਚਾ ਲੱਗਾ ਆ, ਅਸੀਂ ਇਹ ਸੰਗਤ ਕੜੀ ਦੀ ਸੰਗਤ ਸਪੋਰਟ ਕਰਦੇ ਹਾਂ, ਲੇਕਿਨ ਜਿਹੜੇ ਲੋਕ ਉੱਥੇ ਗੱਲਬਾਤ ਜਿਨ੍ਹਾਂ ਨੇ ਕੀਤੀ ਆ, ਜਿਹੜੇ ਉੱਥੇ ਇਹ ਚੀਜ਼ ਦੇ ਹਿੱਸੇਦਾਰ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਤੇ ਕਰਵਾਈ ਆ ਤੇ ਸ਼ਾਮਿਲ ਹੋਏ ਆ, ਹਾਂਜੀ, ਇਹਨਾਂ ਗੱਲਾਂ ਦਾ ਉਹੀ ਜਵਾਬ ਦੇ ਸਕਦੇ ਆ। ਪਰ ਤੁਹਾਡੇ ਹਿਸਾਬ ਨਾਲ ਇਹ ਸਵਾਲ ਉਹਨਾਂ ਤੋਂ ਬਣਦਾ ਜਾਂ ਨਹੀਂ ਬਣਦਾ? ਕਿਸੇ ਵੀ ਦਾਸ ਕਿਸੇ ਵੀ ਗੱਲ ਦੇ ਵਿੱਚ ਮਲਕੀ ਹਿੱਸੇਦਾਰ ਨਹੀਂ ਹੈਗਾ ਮੋਰਚਾ ਚੁੱਕਣ ਦੇ, ਅਸੀਂ ਦਾਸ ਮੋਰਚਾ ਚੁੱਕਣ ਦੇ ਹੱਕ ਵਿੱਚ ਹੀ ਨਹੀਂ ਸੀਗਾ। ਨਹੀਂ, ਮੇਰਾ ਜਿਹੜਾ ਸਵਾਲ ਹੈ ਤੇ ਮੀਡੀਆ ਦੇ ਤੌਰ ਤੇ ਜੋ ਪਬਲਿਕ ਚੋਂ ਆਉਂਦਾ, ਮੈਂ ਉਹ ਤੁਹਾਨੂੰ ਸਵਾਲ ਕੀਤਾ ਤੁਹਾਡਾ, ਤੁਸੀਂ ਕੀ ਸੋਚਦੇ ਕਿ ਇਹ ਸਵਾਲ ਉਹਨਾਂ ਤੇ ਖੜਾ ਹੁੰਦਾ ਜਾਂ ਨਹੀਂ ਹੁੰਦਾ? ਹਾਂਜੀ, ਇਹ ਸਵਾਲ ਜਿਹੜੇ ਮੋਰਚੇ ਦੇ ਆਗੂ ਸੀ ਉਹਨਾਂ ਦੇ ਸਵਾਲ ਸੰਗਤਾਂ ਵੱਲੋਂ ਜਿਹੜਾ ਕਰਨਾ ਜਾਇਜ਼ ਆ ਜਾਂ ਨਹੀਂ, ਵੀ ਤੁਸੀਂ ਆਪਣੀਆਂ ਮੰਗਾਂ ਮਨਵਾਉਣ ਚ ਕਿਉਂ ਨੀ ਕਾਮਯਾਬ ਹੋਏ ਜਦੋਂ ਕਿ ਸਿਰਸੇ ਵਾਲੇ ਕਾਮਯਾਬ ਹੋ ਰਹੇ? ਇਹ ਉਹ ਤੇ ਮੈਂ ਗੱਲ ਕੀਤੀ ਆ ਵੀ ਇਹ ਤੇ ਜਿਹੜੇ ਪੰਜ ਚਾਰ ਨੁਮਾਇੰਦੇ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਤੇ ਕਰਵਾਈ ਆ, ਜਿਹੜੇ ਉੱਥੇ ਕਮੇਟੀਆਂ ਬਣ ਕੇ ਸਰਕਾਰ ਨਾਲ ਗੱਲਬਾਤ ਕਰਨ ਜਾਂਦੇ ਰਹੇ ਆ, ਇਹ ਤਾਂ ਉਹ ਲੋਕ ਜਵਾਬ ਦੇ ਸਕਦੇ ਆ। ਠੀਕ, ਕਿਉਂਕਿ ਮੈਂ ਤੇ ਗੱਲ ਕਹਾਂਗਾ, ਹਾਂਜੀ, ਕਿਉਂਕਿ ਜਦੋਂ ਆਪਾਂ ਕਈ ਵਾਰੀ ਗੱਲ ਕਰਦੇ, ਦੇਖੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਗਲਤ ਆ, ਉੱਥੇ ਆਪਾਂ ਜਿਹੜਾ ਮੀਡੀਆ 'ਚ ਜਾਂ ਆਪਾਂ ਸ਼ਰੇਆਮ ਉਹਨਾਂ ਨੂੰ ਕਹਿੰਦੇ ਹਾਂ ਵੀ ਆਹ ਕੰਮ ਉਹਨਾਂ ਨੇ ਗਲਤ ਕੀਤਾ, ਇਹ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਪਰ ਦੂਏ ਪਾਸੇ ਜਿੱਥੇ ਕਾਂਗਰਸ ਗਲਤ ਆ ਉੱਥੇ ਕਈ ਵਾਰੀ ਲੱਗਦਾ, ਜਿੱਦਾਂ ਮੈਂ ਨਹੀਂ ਕਹਿੰਦਾ ਵੀ ਇਹ ਸੱਚ ਹੋਊਗਾ, ਲੱਗਦਾ ਵੀ ਜਿਹੜੇ ਬਰਗਾੜੀ ਮੋਰਚੇ ਦੇ ਆਗੂ ਸੀ ਉਹ ਉੱਥੇ ਝਿਜਕਦੇ ਆ, ਉਹ ਗੱਲ ਖੁੱਲ ਕੇ ਕਾਂਗਰਸ ਦੇ ਖਿਲਾਫ਼ ਕਰ ਨਹੀਂ ਰਿਹਾ, ਕੈਪਟਨ ਦੇ ਸਰਕਾਰ ਦੇ ਖਿਲਾਫ਼ ਕਰ ਨਹੀਂ ਰਿਹਾ। ਇਹ ਦੇਖੋ ਜਿੱਥੋਂ ਮੈਂ ਦਾਸ ਦੀ ਗੱਲ ਆ, ਦਾਸ ਤਾਂ ਜਿਹੜੀ ਸੱਚਾਈ ਆ ਉਹ ਸੱਚੀ ਗੱਲ ਕਰੇਗਾ। ਮੈਂ ਤੇ ਪਹਿਲਾਂ ਕਿਹਾ ਕਿ ਸਾਨੂੰ ਉੱਥੋਂ ਮੋਰਚਾ ਨਹੀਂ ਸੀ ਚੁੱਕਣਾ ਜਿਹਦੇ ਨਾਲ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਠੀਕ ਆ, ਤੇ ਇਹਨਾਂ ਨੇ ਮੋਰਚਾ ਚੁੱਕਿਆ ਆ, ਕਿਉਂ ਚੁੱਕਿਆ ਇਹ ਤੇ ਹੁਣ ਉਹ ਵੀ ਦੱਸ ਸਕਦੇ ਆ। ਠੀਕ, ਤੇ ਉਹਦੇ ਕਰਕੇ ਹੀ ਜਿਹੜਾ ਸਾਡਾ ਪੰਥ ਦਾ ਗ੍ਰਾਫ ਆ ਉਹ ਥੱਲੇ ਗਿਆ ਆ, ਉੱਪਰ ਨਹੀਂ ਗਿਆ, ਕਿਉਂਕਿ ਪਹਿਲਾਂ ਹੀ ਸਰਬੱਤ ਖਾਲਸਾ ਹੋਇਆ, ਕੌਮ ਨੇ ਬੜਾ ਸਹਿਯੋਗ ਦਿੱਤਾ, ਉਹਦੇ ਚ ਅਸੀਂ ਫੇਲ ਹੋਏ। ਉਸ ਤੋਂ ਬਾਅਦ ਇਹ ਮੋਰਚਾ ਇੱਥੇ ਬਰਗਾੜੀ ਬੈਠੇ ਧਰਨੇ ਤੇ, ਹਾਂਜੀ, ਉਹਦੇ ਵਿੱਚ ਇਹ ਸਾਰੀ ਕੌਮ ਨੇ ਦੇਸ਼ ਵਿਦੇਸ਼ਾਂ ਤੋਂ ਮਤਲਬ ਕਿ ਪੈਸੇ ਵੀ ਭੇਜੇ, ਸਹਿਯੋਗ ਦਿੱਤਾ, ਬਹੁਤ ਕੁੱਝ, ਲੋਕ ਆਪਣੀਆਂ ਗੱਡੀਆਂ ਲੈ ਲੈ ਉੱਥੇ ਜਾਂਦੇ ਰਹੇ। ਹਾਂਜੀ, ਉਹ ਤੋਂ ਉੱਠਣ ਲੱਗਿਆਂ ਸੰਗਤਾਂ ਕੋਲ ਪ੍ਰਵਾਨਗੀ ਨਹੀਂ ਲਈ, ਉਹ ਫੈਸਲਾ ਇਹਨਾਂ ਜਿਹੜੇ ਪੰਜ ਚਾਰ ਉੱਥੇ ਨੁਮਾਇੰਦੇ ਸੀ ਇਹਨਾਂ ਨੇ ਆਪੇ ਲਿਆ। ਤੇ ਕੀ ਮੰਨਿਆ ਜਾਵੇ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ 2015 ਚ ਬੇਅਦਬੀ ਹੋਈ ਆ, ਜਾਂ ਜਿਹਨਾਂ ਵਾਸਤੇ ਵੱਡੇ ਵੱਡੇ ਸਰਬੱਤ ਖਾਲਸਾ ਵੀ ਹੋਇਆ, ਮੋਰਚੇ ਵੀ ਲੱਗੇ,
ਤੇ ਅੱਜ ਅਸੀਂ ਉੱਥੇ ਜਿੱਥੋਂ ਤੁਰੇ ਸੀ ਉੱਥੇ ਹੀ ਫੇ ਖੜੇ ਹਾਂ। ਤੇ ਕਿਵੇਂ ਨਹੀਂ ਉੱਥੋਂ ਪਿੱਛੋਂ ਆ ਗਏ, ਉੱਥੋਂ ਪਿੱਛੋਂ ਪਿੱਛੇ ਆ ਗਏ ਜੀ, ਉੱਥੇ ਨੀ ਖੜੇ ਅਸੀਂ ਜੀ, ਉਦੋਂ ਵੀ ਪਿੱਛੇ ਆ ਗਏ। ਹਾਂ ਹਾਂਜੀ ਹਾਂਜੀ, ਜੀਰੋ ਤੋਂ ਜੀਰੋ ਬੜਾ ਅਸੀਂ ਉਦੋਂ ਦਾ ਫੇਰ ਵੀ ਕੋਈ ਕਦਕਾਠ ਹੈਗਾ ਸੀ ਪੰਥ ਦਾ, ਅੱਜ ਉਸ ਤੋਂ ਵੀ ਪਿੱਛੇ ਆ ਗਈਆਂ ਜਥੇਬੰਦੀਆਂ ਜਿਹੜੀਆਂ ਸੀ। ਤੇ ਬਾਕੀ ਜਿੱਦਾਂ ਜਹਿਦਰ ਜੀ ਤੁਸੀਂ ਵੀ ਮਤਲਬ 84 ਤੋਂ ਬਾਅਦ ਹਰ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ, ਪਰ ਕੀ ਲੱਗਦਾ ਬਈ ਜਿੱਦਾਂ ਬਾਹਰ ਬੈਠਾ ਸਿੱਖ ਵੱਖਰੇ ਤਰੀਕੇ ਨਾਲ ਸੋਚ ਰਿਹਾ, ਇੱਥੇ ਬੈਠਾ ਸਿੱਖ ਵੱਖਰੇ ਤਰੀਕੇ ਨਾਲ ਸੋਚ ਰਿਹਾ, ਤੇ ਇੱਕ ਦੂਸਰੇ ਤੋਂ ਜਿੱਦਾਂ ਦੂਰੀ ਬਣੀ ਹੋਈ ਆ, ਕੋਈ ਇੱਕ ਦੂਸਰੇ ਨਾਲ ਗੱਲ ਨੀ ਕਰਨੀ ਚਾਹੁੰਦੀ, ਜਿਹੜੀਆਂ ਜਥੇਬੰਦੀਆਂ ਆ ਉਹਨਾਂ ਦੇ ਵਿੱਚ ਵੀ ਨਿਤ ਨਵੀਂ ਫੁੱਟ ਨਵੀਆਂ ਨਵੀਆਂ ਜਥੇਬੰਦੀਆਂ ਆਪੋ ਆਪਣੇ ਪ੍ਰਧਾਨ ਬਣੇ ਜਾਂਦੇ ਆ, ਕੀ ਕਹੋਗੇ? ਹਾਂ ਭਾਈ ਰਣਵੀਰ ਸਿੰਘ ਜੀ, ਇਹੀ ਇਹੀ ਪੰਥ ਦੇ ਵਿੱਚ ਸਭ ਤੋਂ ਗੱਲ ਹੈਗੀ ਆ, ਆਪਾਂ ਕਮਜ਼ੋਰੀ ਕਹਿ ਦਈਏ ਜਾਂ ਮਾੜੀ ਗੱਲ ਆ ਕਿ ਕੋਈ ਸਿਰਦ ਬੰਦੇ ਅੱਗੇ ਹੀ ਨਹੀਂ ਆ ਰਹੇ, ਜੇ ਕੋਈ ਆਉਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ। ਹਾਂਜੀ ਹਾਂਜੀ, ਤੇ ਜਿਹੜੇ ਦੇਸ਼ ਤੇ ਵਿਦੇਸ਼ ਦੀ ਗੱਲ ਆ, ਜਿਹੜਾ ਵਿਦੇਸ਼ ਦਾ ਸਿੱਖ ਆ ਉੱਥੇ ਉਹਨੂੰ ਮੇਰੇ ਖਿਆਲ ਪੰਜਾਬ ਦੀਆਂ ਸਾਰੀਆਂ ਮੁਸ਼ਕਿਲਾਂ ਪ੍ਰੋਬਲਮਾਂ ਦਾ ਨਹੀਂ ਪਤਾ ਹੁੰਦਾ, ਜਿਹੜੀ ਇੱਥੇ ਪ੍ਰੋਬਲਮਾਂ ਨੇ ਜਿਹੜੀਆਂ ਤੁਸੀਂ ਤਾਂ ਤੁਸੀਂ ਰਹਿ ਗਏ, ਤੁਹਾਨੂੰ 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 ਮੇਰੇ ਖਿਆਲ ਪਤਾ ਹੋਵੇਗਾ। ਚਲੋ ਮੈਨੂੰ ਪਰਸਨਲੀ ਤੌਰ ਤੇ ਦੋਨਾਂ ਪਾਸਿਆਂ ਦਾ ਪਤਾ ਵੀ ਕਿੱਦਾਂ ਸੋਚਦੇ ਆ ਤੇ ਬਾਹਰ, ਪਰ ਆਮ ਪਬਲਿਕ ਜਿਹੜਾ ਬਾਹਰ ਬੰਦਾ ਬੈਠਾ ਉਹ ਇੱਦਾਂ ਸੋਚਦਾ ਨਾ ਵੀ ਪੰਜਾਬ ਦਾ ਸਿਰ ਕੁਛ ਕਰੇ ਨੀ ਗਿਆ। ਹਾਂ ਹਾਂਜੀ, ਤੇ ਇੱਥੇ ਜਿਹੜੀਆਂ ਇੱਥੋਂ ਦੀਆਂ ਮੁਸ਼ਕਿਲਾਂ ਪ੍ਰੋਬਲਮਾਂ ਨੇ ਉਹ ਹੋ ਰਿਹਾ, ਜਿਹੜੇ ਵਿਦੇਸ਼ਾਂ ਦੇ ਵਿੱਚ ਕਾਨੂੰਨ ਕਾਇਦੇ ਸਿਸਟਮ ਆ ਉਹ ਕੁਝ ਹੋ ਰਿਹਾ ਹਨਾ। ਠੀਕ ਆ, ਤੇ ਇੱਥੇ ਇਹ ਤਾਂ ਕੁਝ ਹੋ ਸਕਦਾ ਹੈ ਪੰਥ ਦਾ ਕਿ ਇੱਥੇ ਪੰਥ ਸਾਰਾ ਇਕੱਠਾ ਹੋਵੇ। ਠੀਕ, ਇਕੱਠਾ ਹੋ ਕੇ ਉਹ ਕਿਸੇ ਨੂੰ ਕਮਾਂਡ ਦੇਣ, ਵਿਦੇਸ਼ਾਂ ਦੇ ਵੀ ਸਿੱਖ ਆ ਕੇ ਇੱਥੇ ਮੀਟਿੰਗ ਕਰਨ, ਉਹ ਇੱਕ ਇਹਨਾਂ ਦੀ ਸੋਚ ਬਣੇ ਤੇ ਸਟੈਪ ਬਾਈ ਸਟੈਪ ਅੱਗੇ ਜਾਣ। ਹਾਂਜੀ, ਜੇ ਕਹੀਂ ਕਹੀਏ ਵੀ ਸਿੱਧਾ ਹੀ ਬਿਨਾਂ ਪੌਣੀ ਚੀ ਬਾਰੇ ਚੜ੍ਹਦੀ ਉਹ ਤੇ ਚੜਿਆ ਨੀ ਜਾਣਾ। ਤੇ ਕੀ ਤੁਹਾਡੇ ਦਿਮਾਗ ਦੇ ਵਿੱਚ ਜਾਂ ਤੁਹਾਡੇ ਆਪਣੇ ਇੰਨੇ ਸਾਲਾਂ ਦੇ ਐਕਸਪੀਰੀਅੰਸ ਤੋਂ ਕੋਈ ਆਈਡੀਆ ਹੈਗਾ ਜਿਹੜਾ ਮਤਲਬ, ਕਿਉਂਕਿ ਮੀਡੀਆ 'ਚ ਗੱਲ ਜਾਂਦੀ ਅੱਜ ਕੱਲ੍ਹ, ਸੋਸ਼ਲ ਮੀਡੀਆ 'ਤੇ ਅਸੀਂ ਹਰ ਗੱਲ ਆਪਣੀ ਕਰ ਸਕਦੇ ਹਾਂ, ਕੋਈ ਤਰੀਕਾ ਕੋਈ ਢੰਗ ਜਾਂ ਕਿਹਦੇ ਥੱਲੇ ਕਿਹੜੇ ਝੰਡੇ ਥੱਲੇ ਇਕੱਠਾ ਹੋਇਆ ਜਾਵੇ, ਕਿੱਦਾਂ ਕੋਈ ਆਈਡੀਆ ਤੁਹਾਡੇ ਦਿਮਾਗ 'ਚ ਹੈਗਾ ਵੀ ਜਿਹੜਾ ਬਾਹਰਲੇ ਸਿੱਖ ਵੀ ਪ੍ਰਵਾਨ ਕਰ ਲੈਣ ਤੇ ਪੰਜਾਬ ਦੇ ਵੀ ਪ੍ਰਵਾਨ ਕਰ ਲੈਣ ਤੇ ਕੋਈ ਇਕਜੁੱਟ ਹੋ ਕੇ ਅੱਗੇ ਵਧਿਆ ਜਾਵੇ? ਇਹ ਆਈਡੀਆ ਇਹ ਆ ਕਿ ਵਿਦੇਸ਼ਾਂ ਦੀ ਜਿਹੜੀਆਂ ਜਥੇਬੰਦੀਆਂ ਨੇ ਉਹ ਆਪਣਾ ਇੱਕ ਨੁਮਾਇੰਦਾ ਤਿਆਰ ਕਰਨ, ਇੱਕ ਹੀ ਜਥੇਬੰਦੀਆਂ ਨੇ ਉਹ ਸਾਰੀਆਂ ਇਕੱਠੀਆਂ ਬੈਠ ਕੇ ਉਹ ਫੈਸਲਾ ਕਰਨ ਕਿ ਅਸੀਂ ਇੱਕ ਬਾਏ ਬੰਦੇ ਨੂੰ ਕਮਾਂਡ ਦੇਣੀ ਆ ਜਾਂ ਅਸੀਂ ਪੰਜਾਂ ਦੇਣੀਆਂ, ਦੋਵਾਂ ਦੇਣੀਆਂ, ਫਿਰ ਇਹਨਾਂ ਦੀ ਆਪਸੀ ਮੀਟਿੰਗ ਹੋਵੇ, ਫਿਰ ਗਾਂਹ ਗੱਲ ਚੱਲ ਸਕਦੀ ਆ। ਕਿਤੇ ਨਹੀਂ ਲੋਕ ਅਖੀਰ ਜਾ ਕੇ ਵੋਟਾਂ ਉੱਧਰ ਹੀ ਪਾ ਦਿੰਦੇ ਨੇ ਜਿੱਧਰ ਅੱਗੇ ਪੈਂਦੀਆਂ ਨੇ। ਮਤਲਬ ਤੁਸੀਂ ਇੱਦਾਂ ਸੋਚਦੇ ਵੀ ਜੇ 2022 ਦੀਆਂ ਇਲੈਕਸ਼ਨ ਆਵੇ ਤਾਂ ਉਦੋਂ ਪਹਿਲਾਂ ਕੋਈ ਇਹੋ ਜਿਹਾ ਤਰੀਕਾ ਬਣਾਇਆ ਜਾਵੇ ਜਿਹਦੇ ਚ ਇੱਕ ਰੂਪ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ, ਇੱਕ ਰੂਪ ਦੇ ਵਿੱਚ ਬਾਹਰਲੇ ਸਿੱਖਾਂ ਦੀ ਅਗਵਾਈ ਲੈ ਕੇ ਨਾਲ ਲੜੀ ਜਾਵੇ? ਹਾਂ ਹਾਂ ਹਾਂਜੀ, ਠੀਕ ਹੈ, ਕਿਉਂਕਿ ਇੱਥੇ ਇੱਥੇ ਪੰਥ ਖੜਾ ਹੋਵੇ, ਪਿੱਛੋਂ ਉਹਨਾਂ ਨੂੰ ਬਾਹਰੋਂ ਸਪੋਰਟ ਮਿਲੇ, ਸਟੈਪ ਬਾਏ ਸਟੈਪ ਅੱਗੇ ਜਾਣ ਤੇ ਯਕਦਮ ਤੇ ਅੱਗੇ ਜਾ ਨਹੀਂ ਜਾਣਾ। ਹਾਂਜੀ, ਪਰ ਕਈ ਹੁਣ ਜਥੇਬੰਦੀਆਂ ਜਿਹਨਾਂ ਦਾ ਚਲੋ ਹਰ ਬੰਦਾ ਜਦੋਂ ਦਾ ਹਰਿਮੰਦਰ ਸਾਹਿਬ ਤੇ ਹਮਲਾ ਇਹ ਚਾਹੁੰਦਾ ਵੀ ਸਾਡਾ ਵੱਖਰਾ ਦੇਸ਼ ਹੋਵੇ, ਕਈ ਤਾਂ ਹੁਣ ਇਹ ਸਟੇਟ ਵਿੱਚ ਸੋਚਦੇ ਆ ਨਾ ਵੀ ਜਾਂ ਇਹ ਕਹੀਏ ਵੀ ਫੈਸਲਾ ਹੀ ਕਰ ਲਿਆ ਬਈ ਅਸੀਂ ਖਾਲਿਸਤਾਨ ਤੋਂ ਘੱਟ ਗੱਲ ਹੀ ਨੀ ਕਰਨੀ, ਜਿੰਨਾ ਚਿਰ ਸਾਡੇ ਨਾਲ ਖਾਲਿਸਤਾਨ ਦੀ ਗੱਲ ਨੀ ਕਰਦੇ ਓਨਾ ਚਿਰ ਅਸੀਂ
ਕੋਈ ਹੋਰ ਤਰੀਕਾ ਅਪਣਾਉਣਾ ਹੀ ਨਹੀਂ ਗਾ, ਤੇ ਫਿਰ ਕਿੱਦਾਂ ਉਹਨਾਂ ਨੂੰ ਕਿੱਦਾਂ ਮਨਾਇਆ ਜਾਵੇ? ਦੇਖੋ ਜਿਹੜੀ ਪੰਜਾਬ ਦੀ ਸਥਿਤੀ ਹੈ ਸਚਿਸਨਾ, ਉਹ ਬੜੀ ਸੰਨ 84 ਤੋਂ 78 ਤੋਂ ਅੱਜ 2019 ਆ, ਹਾਂਜੀ, ਤੇ ਬਹੁਤ ਬਦਲ ਚੁੱਕੀ ਆ। ਇੱਥੇ ਦੇ ਲੋਕ ਇਹ ਸ਼ਰਾਬਾਂ ਪੀ ਰਹੇ, ਭੰਗੜੇ ਪਾ ਰਹੇ, ਸਿਰ ਮਨਾ ਰਹੇ ਨੇ, ਹਾਂਜੀ ਹਾਂਜੀ, ਤੇ ਜਿਹੜੀ ਸਿੱਧਾ ਕਹੀ ਜਾਈਏ ਵੀ ਇਹ ਖਾਲਿਸਤਾਨ ਠੀਕ ਆ, ਸਾਡਾ ਸਿੱਖ ਹੁੰਦਾ ਆਪਣਾ ਘਰ ਹੋਣਾ ਚਾਹੀਦਾ, ਆਜ਼ਾਦੀ ਆਜ਼ਾਦ ਹੋਣਾ ਚਾਹੀਦਾ ਆ, ਹਾਂਜੀ ਆਜ਼ਾਦੀ ਮਿਲਣੀ ਚਾਹੀਦੀ ਆ, ਕਿਉਂਕਿ ਸਾਡੇ ਨਾਲ ਸੰਸਦਾਰੀ ਦੇ ਵਾਅਦੇ ਕੀਤੇ ਸੀਗੇ, ਅਸੀਂ 193 ਸਿਰ ਦਿੱਤੇ ਆ, ਸ਼ਹੀਦੀਆਂ ਦਿੱਤੀਆਂ ਨੇ, ਸਾਡੇ ਲੋਕ ਖਾਲੇ ਪਾਣੀ ਚ ਰਹੇ ਆ, ਠੀਕ, ਆਜ਼ਾਦੀ ਦੀਆਂ ਜੰਗਾਂ ਲੜੀਆਂ ਨੇ, ਹਾਂਜੀ ਹਾਂਜੀ, ਸਾਨੂੰ ਉਹ ਹੱਕ ਜਿਹੜਾ ਉਹ ਨਹੀਂ ਮਿਲਿਆ, ਠੀਕ ਹੈ, ਤੇ ਠੀਕ ਆ, ਸਾਡਾ ਆਪਣਾ ਘਰ ਆਜ਼ਾਦ, ਸਾਡਾ ਦੇਸ਼ ਹੋਣਾ ਚਾਹੀਦਾ ਆ, ਪਰ ਇੱਥੇ ਜਿੱਥੇ ਅਸੀਂ ਇਹ ਗਰਾਉਂਡ ਚ ਖੇਡਣਾ, ਉੱਥੇ ਪਹਿਲਾਂ ਦੇਖੋ ਸਹੀ ਨਾ, ਉੱਥੇ ਸਿਚੁਏਸ਼ਨ ਕੀ ਆ, ਉੱਥੇ ਕੀ ਹੈਗਾ ਕੋਈ, ਹਨਾ, ਹਾਂ ਜੇ ਅਸੀਂ ਐਵੇਂ ਜਾਣੀ ਲੋਕ, ਤੁਹਾਨੂੰ ਤੁਸੀਂ ਇਹ ਸੋਚਦੇ ਵੀ ਲੋਕ ਲਹਿਰ ਬਣਾ ਕੇ ਪਹਿਲਾਂ ਜਿਹੜਾ ਗਰਾਉਂਡ ਆ ਉਹਨੂੰ ਪੂਰਾ ਦੇਖਿਆ ਜਾਵੇ ਵੀ ਅਸੀਂ ਖੜੇ ਕਿੱਥੇ? ਦੇਖੋ ਜੀ, ਜਿੰਨਾ ਚਿਰ ਤੁਹਾਡੀ ਰਾਜਨੀਤੀ ਪੰਜਾਬ ਦੇ ਵਿੱਚ ਨਹੀਂ ਹੈਗੀ, ਉਹਨਾਂ ਚਿਰ ਭਾਈ ਰਘਵੀਰ ਸਿੰਘ ਜੀ ਕੁੱਝ ਨਹੀਂ ਬਣ ਸਕਦਾ, ਠੀਕ ਹੈ, ਜਿੰਨਾ ਚਿਰ ਤੁਸੀਂ ਪੰਜਾਬ ਦੀ ਰਾਜਨੀਤੀ ਚ ਭਾਈਵਾਲ ਨਹੀਂ ਬਣਦੇ, ਉਹਨਾਂ ਚਿਰ ਤੁਹਾਡੀ ਕਿਤੇ ਸੁਣਵਾਈ ਨਹੀਂ, ਕੋਈ ਗੱਲ ਨਹੀਂ ਹੋ ਸਕਦੀ। ਇਹ ਜਿੰਨੀਆਂ ਜਥੇਬੰਦੀਆਂ ਨੇ ਤੁਹਾਨੂੰ ਤੁਸੀਂ ਇੱਥੇ ਦੇਖ ਗਏ, ਜੋ ਜਿੰਨੀ ਕਿ ਇਹਨਾਂ ਦੇ ਕੋਲ ਪਾਵਰ ਆ, ਜਿੰਨੀ ਕੁ ਸਟਰੈਂਥ ਇਹਨਾਂ ਦੇ ਕੋਲ ਹੈਗੀ ਆ, ਹਨਾ, ਹਾਂਜੀ ਹਾਂਜੀ, ਹੁਣ ਬਰਗਾੜੀ ਜਾਂ ਕੋਟਕਪੂਰੇ ਕਿੰਨੇ ਕਿਹੜੇ ਕਿਹੜੇ ਤਗੜੇ ਮਾਰਚ ਹੋਏ ਆ ਵੋਟਾਂ ਵਾਲੇ, ਉਹ ਲੋਕ ਉੱਧਰ ਉੱਧਰ ਚਲ ਜਾਂਦੇ ਆ, ਹਨਾ, ਹਾਂਜੀ, ਤੇ ਇਸ ਕਰਕੇ ਮਤਲਬ ਜਿੰਨਾ ਚਿਰ ਇੱਥੇ ਇਹ ਚੀਜ਼ ਨਹੀਂ ਪੈਦਾ ਕੀਤੀ ਜਾ ਸਕਦੀ, ਉਨਾ ਚਿਰ ਤੁਸੀਂ ਕੌਮ ਦਾ ਕੁੱਝ ਨਹੀਂ ਸਵਾਰ ਸਕਦੇ। ਠੀਕ ਹੈ, ਤੇ ਜਿੱਦਾਂ ਹੁਣੇ ਹੁਣੇ ਇੱਕ 2 ਹਫ਼ਤਿਆਂ ਦੀ ਖ਼ਬਰ ਆ ਕਿ ਜਿਹੜੀ ਬਾਹਰੋਂ ਅਮਰੀਕਾ ਤੋਂ ਜਥੇਬੰਦੀ ਹੈ ਸਿੱਖ ਫੋਰ ਜਸਟਿਸ, ਜਿਹੜਾ 2020 ਦਾ ਜਿੱਦਾਂ ਲਹਿਰ ਚਲਾ ਰਹੀ ਸੀ, ਉਹਨਾਂ ਨੂੰ ਜਿੱਦਾਂ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ 5 ਸਾਲ ਲਈ, ਉਹਦੇ ਬਾਰੇ ਕੁੱਝ ਆਪਣਾ ਪ੍ਰਤੀਕਰਮ ਦੇਣਾ ਚਾਹੋਗੇ? ਇਹ ਦੇਖੋ ਕਿਸੇ ਮਤਲਬ ਜਮਹੂਰੀਅਤ ਰੂਪ ਵਿੱਚ ਆਜ਼ਾਦੀ ਦਾ ਗੱਲ ਕਰਨ ਦਾ ਹਰ ਇੱਕ ਨੂੰ ਹੱਕ ਹੈ, ਕਿਉਂਕਿ ਇਹ ਜੀਵਨ ਦਾ ਕਾਨੂੰਨ ਆ, ਹਾਂਜੀ, ਜਿਸ ਤੱਕ ਬੈਨ ਕਰਨਾ ਹੀ ਗੱਲ ਆ ਉਹ ਗੈਰ ਕਾਨੂੰਨੀ ਆ, ਠੀਕ, ਤੇ ਜਿਹੜੀ ਇੱਥੇ ਪੰਜਾਬ ਵਿੱਚ ਗੱਲ ਆ ਉਹ ਗੱਲ ਇਹ ਹੈ ਨੀ ਜਿਹੜੀ ਇੱਥੇ ਕਹੀ ਜਾ ਰਹੀ ਆ, ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਕੀ ਚੀਜ਼ ਆ, ਠੀਕ ਆ, ਕਿਉਂਕਿ 2020 ਦਾ ਮਤਲਬ ਕੀ ਆ। ਕਿਸੇ ਨਾ ਕਿਸੇ ਤਰੀਕੇ ਤੇ ਪਸਾਇਆ ਜਾਂਦਾ ਆ। ਦੇਖੋ ਇਹਨਾਂ ਸਿੱਖਾਂ ਦੇ ਕੋਲੋਂ ਕੀ ਨਿਕਲਿਆ ਸੀ ਲਿਟਰੇਚਰ, ਜਿਹੜਾ ਅੰਮ੍ਰਿਤਸਰ ਬਾਜ਼ਾਰਾਂ ਚ ਵਿਕਦਾ ਆ, ਹਨਾ, ਠੀਕ ਹੈ, ਉਹਨਾਂ ਨੂੰ 20 ਸਾਲ ਸਜ਼ਾ ਸੁਣਾ ਤੀ ਆ, ਠੀਕ ਹੈ, ਇਸ ਕਰਕੇ ਇਹ ਹੈਗਾ ਕਿ ਜਿਹੜੀ ਇੰਡੀਆ ਸਰਕਾਰ ਆ ਏਦਾਂ ਦੇ ਬਣ ਗਿਆ ਵੀ ਸਿੱਖਾਂ ਨੂੰ ਫਸਾਉਣ ਵਾਸਤੇ, ਠੀਕ ਹੈ, ਪਰ ਕੱਲ ਨੂੰ ਬਣ ਕੇ ਕਿਹਾ ਉਹਦੇ ਦੂਏ ਪਾਸੇ ਲਾ ਦੇਣਗੇ, ਚੰਗੜੀ ਦਾ ਪ੍ਰਚਾਰਕ ਸੀਗਾ ਜੀ। ਹਾਂਜੀ, ਤੇ ਜਿੱਦਾਂ ਹੁਣ ਮਤਲਬ ਜੇ ਆਪਾਂ ਤੁਸੀਂ ਵੀ ਗੱਲ ਕੀਤੀ ਹੈ ਵੀ ਜੇ ਡੈਮੋਕ੍ਰੇਟਿਕ ਤਰੀਕੇ ਨਾਲ ਮਤਲਬ ਭਾਰਤੀ ਮਤਲਬ ਜੋ ਚੱਲ ਰਿਹਾ ਆ ਨਿਜ਼ਾਮ ਚੱਲ ਰਿਹਾ ਉਹਦੇ ਵਿੱਚ ਆ ਕੇ ਕੋਈ ਪ੍ਰਾਪਤੀਆਂ ਕੀਤੀਆਂ ਜਾਣ, ਫਿਰ ਆਹ ਤਾਂ ਉਹੀ ਰਹਿ ਗਿਆ ਵੀ ਉਹ ਤਾਂ ਫਿਰ ਇਹੀ ਆ ਵੀ ਇਲੈਕਸ਼ਨ ਲੜੀ ਜਾਵੇ ਤੇ ਇਲੈਕਸ਼ਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਜਾਂ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਜਾਵੇ ਤਾਂ ਦੇਖੋ ਜੇ ਸਟਾਰਟਿੰਗ ਦਾ ਮੁੱਖ ਮੰਤਰੀ ਨਹੀਂ ਬਣਦਾ, ਕੋਈ 2-4-5 MLA ਤਾਂ ਬਣ ਲੈਣ, ਕੋਈ ਇੱਕ ਤਾਂ MP ਜਾਵੇ,
ਠੀਕ ਹੈ ਸਾਡੀ ਉੱਥੇ ਆਵਾਜ਼ ਤਾਂ ਬਣੇ, ਜੇ ਪੰਜਾਬ ਕੋਈ ਧੱਕੇ ਚਾਹੀਏ ਹੋ ਜੇ ਸੈਂਟਰ ਚ ਬੋਲੇਗਾ, ਹਾਂ ਹਾਂ ਹੁਣ ਤਾਂ ਉੱਥੇ ਕੋਈ ਬੋਲਦਾ ਕਿ ਨਹੀਂ ਪੰਜਾਬ ਦੇ ਹੱਕ ਚ। ਹਾਂਜੀ ਠੀਕ ਹੈ, ਏਦਾਂ ਹੀ ਪੰਜਾਬ ਅਸੈਂਬਲੀ ਦੇ ਵਿੱਚ ਕੋਈ 5-10 MLA ਹੋਣ, ਹਾਂਜੀ ਮਤਲਬ ਤੁਹਾਡਾ ਤੇ ਬਈ ਉਹ ਹੈਗਾ ਵੀ ਜਿਹੜਾ ਉੱਥੇ ਸਟੇਜ ਆ ਪਾਰਲੀਮੈਂਟ ਆ ਜਾਂ ਅਸੈਂਬਲੀ ਆ ਉਹਦੇ ਚ ਆਵਾਜ਼ ਉੱਠਣੀ ਚਾਹੀਦੀ ਸਭ ਤੋਂ ਪਹਿਲਾਂ। ਜਦੋਂ ਕੌਮ ਤੇ ਸਟੇਟ ਤੇ ਕੋਈ ਧੱਕੇਸ਼ਾਹੀ ਹੋਏਗੀ, ਤੁਹਾਡਾ ਕੋਈ ਨੁਮਾਇੰਦਾ ਹੋਏਗਾ, ਤਾਂ ਹੀ ਬੋਲੇਗਾ, ਤਾਂ ਹੀ ਲੋਕ ਸੁਣਨਗੇ। ਠੀਕ ਹੈ, ਜਿਹੜਾ ਲੀਡਰ ਇਲੈਕਟਡ ਨਹੀਂ ਹੈਗਾ ਉਹਦੀ ਕੋਈ ਵਰਲਡ ਗੱਲ ਸੁਣਦਾ ਹੀ ਨੀਗਾ। ਮਤਲਬ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿੰਨੇ ਮਰਜ਼ੀ ਨਾਅਰੇ ਲਾਈ ਜਾਈਏ, ਐਲਾਨ ਕਰੀ ਜਾਈਏ, ਉਹਦਾ ਸਾਡੇ ਲਈ ਤਾਂ ਮਹੱਤਤਾ ਹੋ ਸਕਦੀ ਹੈ, ਦੁਨੀਆਂ ਲਈ ਨਹੀਂ ਗੀ। ਉਹ ਤੇ ਦੇਖੋ ਅਸੀਂ ਇਹ ਹਰ ਸਾਲ 6 ਜੂਨ ਦਾ ਜਿਹੜਾ ਕਾਲਾ ਇਹ ਜੇ 6 ਜੂਨ ਵਾਲਾ ਜਿਹੜਾ ਹਫਤਾ ਆ ਸਾਡੇ ਵਾਸਤੇ ਬੜਾ ਦੁਖਦਾਈ ਆ। ਹਾਂਜੀ ਸਾਡਾ ਕਾਲ ਹਟਾਇਆ, ਹਜ਼ਾਰਾਂ ਸਿੱਖ ਸ਼ਹੀਦ ਹੋਏ, ਯਾਤਰੀ ਸ਼ਹੀਦ ਕੀਤੇ ਗਏ। ਅਸੀਂ ਉੱਥੇ ਜਾ ਕੇ ਮਤਲਬ ਕਿ ਨਲਕਾਰੇ ਮਾਰਦੇ ਹਾਂ, ਅਸੀਂ ਦਿਲ ਵੀ ਕਹਿੰਦੇ ਸ਼ਹੀਦਾਂ ਸੁਲਤਾਨ ਦੇ ਫੁੱਲ ਭੇਟ ਕਰਨੀ ਸੀ ਜਾਂਦੇ ਉੱਥੇ। ਠੀਕ ਹੈ, ਜਿਹਨਾਂ ਸਾਨੂੰ ਇਹ ਅਮਨ ਮਾਨਣਾ, ਹਾਂਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਆ। ਅਰਦਾਸ ਸ਼ਾਮਿਲ ਉਹ ਹੋਣਾ ਚਾਹੀਦਾ, ਮਰਨ ਵਾਲਾ ਸਥਾਨ ਨਹੀਂ, ਉਹ ਤੇ ਅਸੀਂ ਉਸ ਸਥਾਨ ਦੀ ਬੇਇੱਜ਼ਤੀ ਕਰਦੇ ਹਾਂ। ਠੀਕ ਹੈ, ਹਾਂਜੀ ਤੇ ਜਹੇਦਾਰ ਜੀ ਜਿੱਦਾਂ ਹੋਰ ਵੀ ਮਸਲੇ ਬਹੁਤ ਹੈ, ਫੇਰ ਆਪਾਂ ਕਿਤੇ ਗੱਲਬਾਤ ਕਰਾਂਗੇ। ਤੁਸੀਂ ਆਖਰ ਦੇ ਵਿੱਚ ਜਿਹੜੀ ਆਪਾਂ ਜਿੱਥੋਂ ਸ਼ੁਰੂ ਹੋਏ ਸੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਰੀ ਆ, ਵੀ ਇਹਨੂੰ ਇਹਦਾ ਹੱਕ ਲੈਣ ਲਈ ਕੌਮ ਕੀ ਕਰੇ, ਕੀ ਮੈਸੇਜ ਦੇਣਾ ਚਾਹੀਦਾ? ਦੇਖੋ ਇਹਦੇ ਵਾਸਤੇ ਤਾਂ ਜਦੋਜਹਿਦ ਹੀ ਕਰਨੀ ਪੈਣੀ ਆ, ਸੰਘਰਸ਼ ਹੀ ਕਰਨਾ ਪੈਣਾ ਆ ਨਵੇਂ ਸਿਰਿਓਂ। ਹਾਂਜੀ ਠੀਕ ਹੈ, ਤੇ ਉਹ ਦੇਖੋ ਕੋਸ਼ਿਸ਼ ਕਰਨੀ ਜਿੱਥੇ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਕਿ ਕੋਈ ਸੰਘਰਸ਼ੀ ਰੂਪ ਰੇਖਾ ਲਿਖੀ ਜਾਵੇ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡਾ, ਧੰਨਵਾਦ ਬਹੁਤ ਬਹੁਤ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ ਵਾਹਿਗੁਰੂ।